ਜੀ ਸਤਿ ਸ਼੍ਰੀ ਅਕਾਲ, ਮੈਂ ਪੰਜਾਬ ਵਲੋਗਰ ਰਮਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਇਟਲੀ ਦੀ ਬਹੁਤ ਵਧੀਆ ਸਿਟੀ ਦੇ ਵਿੱਚ ਤੁਹਾਨੂੰ ਲੈ ਕੇ ਚੱਲੇ ਹਾਂ, ਜਿਹਦਾ ਨਾਮ ਮਾਨਤੋਵਾ। ਮਾਨਤੋਵਾ ਸਿਟੀ ਬਹੁਤ ਵਧੀਆ ਆ, ਇੱਥੇ ਦੇ ਤੁਹਾਨੂੰ ਕਿੰਨੀਆਂ ਵੀ ਵਧੀਆ ਚੀਜ਼ਾਂ ਸ਼ੋ ਕਰਾਉਂਗੇ ਜਿੰਨਾ ਹੋ ਸਕਿਆ ਤੁਹਾਨੂੰ ਦੇ ਵਿੱਚ। ਉਹ ਪਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆ, ਉਹਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। Thank you.
ਮਾਨਤਾਵੇ ਦੀ ਕਾਫੀ ਟੂਰਿਸਟ ਪਲੇਸ ਬਹੁਤ ਵਧੀਆ ਆ ਮਾਨਤਾਵੇ ਦੀਆਂ, ਅਤੇ ਉਹ ਬਸ ਥੋੜ੍ਹੀਆਂ ਥੋੜ੍ਹੀਆਂ ਤੁਹਾਨੂੰ ਸਾਰੀਆਂ ਦਿਖਾ ਦੂੰਗਾ, ਕਿਉਂਕਿ ਟਾਈਮ ਦੀ ਘਾਟ ਕਰਕੇ ਸ਼ਾਮ ਨੂੰ ਆਪਾਂ ਆ ਸਕੇ ਮਾਨਤਾਵੇ, ਇਸ ਕਰਕੇ ਪੂਰਾ ਘੁੰਮ ਨਹੀਂ ਸਕਦਾ। ਅਤੇ ਪਹਿਲਾਂ ਮਾਨਤਾਵੇ ਦੇ ਵਿੱਚ ਟੂਰਿਸਟ ਬਹੁਤ ਆਉਂਦਾ ਸੀਗਾ, ਹੁਣ ਆ ਕੋਵਿਡ ਕਰਕੇ ਥੋੜ੍ਹਾ ਜਿਹਾ ਘੱਟ ਗਿਆ ਟੂਰਿਸਟ, ਬਟ ਕਾਫੀ ਹੱਦ ਤਾਈਂ ਹੁਣ ਆਉਣ ਸਟਾਰਟ ਹੋ ਗਏ ਆ। ਅਤੇ ਹੁਣ ਜਿਹੜਾ ਮਾਨਤਾਵੇ ਦਾ ਤੁਹਾਨੂੰ ਮੈਂ ਦਿਲ ਦਿਖਾਉਣ ਲੱਗਾ ਹਾਂ, ਜਿਹੜੀ ਬਹੁਤ ਵਧੀਆ ਪਲੇਸ ਆ ਮਾਨਤਾਵੇ ਦੀ, ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਆ। ਅਤੇ ਹੋ ਪਾ ਤੁਹਾਨੂੰ ਵੀਡੀਓ ਜੋ ਚੀਜ਼ ਵਧੀਆ ਲੱਗੂਗੀ। ਚਲੋ ਮਿਲਦੇ ਹਾਂ ਫਿਰ। Thank you.
ਸ਼ਿਪ ਦਾ ਸਫ਼ਰ ਬਹੁਤ ਵਧੀਆ ਸੀਗਾ। ਆਹ ਇਹਨਾਂ ਦਾ ਕਾਰਡ ਵਾ, ਬਹੁਤ ਸੋਹਣਾ ਟੂਰ ਸੀਗਾ ਸ਼ਿਪ ਦਾ। ਦਿਲ ਨੂੰ ਪੂਰੀ ਸਕੂਨ ਮਿਲਣ ਵਾਲਾ ਟੂਰ ਸੀਗਾ, ਬਹੁਤ ਵਧੀਆ ਸੀਗਾ। ਮਾਨਤੋਵੇ ਦੇ ਵਿੱਚ ਲਾਕੋ ਅਤੇ ਲਾਕੋ ਦੇ ਵਿੱਚ ਸ਼ਿਪ ਦਾ ਤੁਸੀਂ 10 euros ਪਰ ਪਰਸਨ ਸ਼ਿਪ 'ਤੇ ਆਪਣੀ ਟਿਕਟ ਬੁੱਕ ਕਰ ਸਕਦੇ ਹੋ। ਹੋਪਾ ਜਦੋਂ ਤੁਸੀਂ ਇੱਥੇ ਆਏ ਹੋਪਾ ਇੱਕ ਵਾਰੀ ਸ਼ਿਪ ਦਾ ਝੂਟਾ ਜ਼ਰੂਰ ਲਉਂਗੇ। ਅਤੇ ਆਹ ਇਹਨਾਂ ਦਾ ਕਾਰਡ ਵਾ, ਤੁਹਾਨੂੰ ਮਿਲਦੇ ਹਾਂ।
ਦਾ ਵਲੌਗ ਤਾਂ ਸਾਡਾ ਨੋਰਮਲੀ ਖਤਮ ਹੋ ਗਿਆ ਆ ਅਤੇ ਮਾਨਸੋਲਾ ਬਹੁਤ ਵਧੀਆ ਜਗ੍ਹਾ ਆ, ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ, ਕਾਫੀ ਵਧੀਆ ਚੀਜ਼ਾਂ ਦੇਖਣ ਨੂੰ ਮਿਲੀਆਂ। ਆਪਾਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਊ ਵੀ ਮੇਰੀ, ਅੱਜ ਬਹੁਤ ਥੱਕ ਗਏ ਹਾਂ ਨੋਰਮਲੀ, ਅਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ।